ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦਿਊ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਜਾਣਕਾਰੀ ਹੈ ਜਿਹੜੀ ਉਹ ਸ਼ੇਅਰ ਕੀਤੀ ਗਈ ਹੈ ਸੋ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਤੇ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਵਾਲੇ ਨੇ ਕਿ ਹਮੇਸ਼ਾ ਨੇ ਜਿਹੜਾ ਉਹ ਲੋਕ ਯਾਦ ਰੱਖਣਗੇ ਸੋ ਇਹ ਪੂਰੀ ਜਿਹੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਆਪਣੇ Facebook ਤੇ ਪੋਸਟ ਪਾ ਕੇ ਐਲਾਨ ਕੀਤਾ ਕਿ ਉਹ 1 ਨਵੰਬਰ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦੇਣਗੇ ਹਾਲਾਂਕਿ ਉਹ ਪੰਜਾਬ ਦੇ ਲੋਕਾਂ ਨੂੰ ਕੀ ਤੋਹਫਾ ਦੇਣਗੇ ਇਸ ਬਾਰੇ ਜਿਹੜਾ ਉਹ ਨਹੀਂ ਦੱਸਿਆ ਗਿਆ ਪੰਜਾਬ ਦੇ ਲੋਕ ਇਸ ਤੋਹਫੇ ਨੂੰ ਸਦਾ ਯਾਦ ਰੱਖਣਗੇ ਕਿ ਕੋਈ ਕੰਮ ਕੀਤਾ ਗਿਆ ਸੀ ਸੋ ਇਹ ਤੋਹਫਾ ਕੀ ਹੋ ਸਕਦਾ ਹੈ ਸੁਜਾਤਾ ਖੇਤੀ ਕਾਨੂੰਨ ਆ ਜਿਹੜੇ ਰੱਦ ਹੋਣ ਵਾਲੇ ਨੇ ਉਸ ਤੇ ਹੋ ਸਕਦਾ ਹੈ ਜਾਂ ਫਿਰ 1 ਲੱਖ ਜੋ ਪੋਸਟਾਂ ਦੀ ਅਨਾਉਂਸਮੈਂਟ ਕੀਤੀ ਗਈ ਸੀ ਤਾਂ ਇਸ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਸਕਦੇ ਆ ਜਾਂ ਫਿਰ ਜੋ ਮੁਲਾਜ਼ਮ ਨੇ ਅਧਿਆਪਕ ਯੂਨੀਅਨ ਨੇ ਮੰਗਾ ਨੇ ਸੋ ਇਸ ਨੂੰ ਲੈ ਕੇ ਇਲਾਨ ਹੈ ਜਿਹੜਾ ਹੋ ਸਕਦਾ ਸੋ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਇਲਾਨ ਹੈ ਜਿਹੜਾ ਤੋਹਫਾ ਮਿਲ ਸਕਦਾ ਸੋ ਹੋਰ ਕੋਈ ਪੋਸਿਬਿਲਟੀ ਨਹੀਂ ਹੈ ਸੋ ਤਿੰਨ ਇਹ ਮੇਨ ਜਿਹੜੇ ਪੰਜਾਬ ਦੇ ਵਿੱਚ ਮੁੱਦੇ ਚੱਲ ਰਹੇ ਐ ਕਿਸਾਨ ਅੰਦੋਲਨ ਐ ਤੇ ਦੂਸਰਾ 1 ਲੱਖ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨਾ ਤੇ ਤੀਸਰਾ ਮੁਲਾਜ਼ਮਾਂ ਅਧਿਆਪਕ ਯੂਨੀਅਨਾਂ ਦੀਆਂ ਮੰਗਾਂ ਨੇ ਇਹਨਾਂ ਨੂੰ ਪੂਰਾ ਕਰਨਾ ਜਿਹਦੇ ਵਿੱਚ ਪੋਸਟਾਂ ਜਾਰੀ ਕਰਨਾ ਸਭ ਕੁਝ ਹੈ ਜਿਹੜਾ ਸ਼ਾਮਲ ਹੋ ਜਾਏਗਾ ਤੁਹਾਡਾ ਗੈਸ ਕੀ ਹੈ ਤੁਹਾਡਾ ਅੰਦਾਜ਼ਾ ਹੈ ਜਿਹੜਾ ਉਹ ਕੀ ਕਹਿੰਦਾ ਤਾਂ ਕਮੈਂਟ ਜਰੂਰ ਕਰਿਓ ਇਸ ਸਸਪੈਂਸ ਰੱਖਿਆ ਗਿਆ ਹੈ ਜਿਹੜਾ ਇਹ ਤੋਹਫਾ ਦਿੱਤਾ ਜਾਏਗਾ ਇਹ ਆਉਣ ਵਾਲੀ ਅਪਡੇਟ ਦੇ ਵਿੱਚ ਪਤਾ ਲੱਗੇਗਾ ਜੋ ਵੀ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਕਰਕੇ ਰੱਖਿਓ ਤਾਂ ਹੀ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ ਧੰਨਵਾਦ